ਭੰਗੜੇ ਦੀ ਜਦ ਵੀ ਗੱਲ ਹੋਵੇ ਜਾਂ ਗੱਲ ਹੋਵੇ ਭੰਗੜੇ ਵਾਲੇ ਗੀਤਾਂ ਦੀ ਤਾਂ ਇੱਕ ਗੱਭਰੂ ਦਾ ਨਾਮ ਜ਼ਰੂਰ ਯਾਦ ਆਉਂਦਾ ਹੈ। ਜੀ ਮੈਂ ਗੱਲ ਕਰਨ ਜਾ ਰਹੀ ਹਾਂ ਅੱਜ ਤੁਹਾਡੇ ਨਾਲ ਦੁਸਾਂਝਾ ਵਾਲੇ ਦਿਲਜੀਤ ਦੁਸਾਂਝ ਦੀ, ਜਿਨ੍ਹਾਂ ਨੇ ਕਈ ਭੰਗੜੇ ਬੀਟ ਸੌਂਗ ਸਾਡੀ ਪੰਜਾਬੀ ਇੰਡਸਟਰੀ ਨੂੰ ਦਿੱਤੇ ਅਤੇ ਹੁਣ ਆਪਣੇ ਭੰਗੜੇ ਬੀਟ ਸੌਂਗਸ ਬਾਲੀਵੁੱਡ ਇੰਡਸਟਰੀ ਦੇ ਵਿੱਚ ਵੀ ਲੈ ਕੇ ਆ ਰਹੇ ਨੇ। ਉਹਨਾਂ ਦਾ ਹਾਲ ਹੀ ਦੇ ਵਿੱਚ ਅਸੀਂ ਸੌਂਗ ਇੰਜੋਏ ਕੀਤਾ ਸੌਦਾ ਖਰਾ ਖਰਾ, ਜੋ ਉਹਨਾਂ ਦੀ ਫਿਲਮ ਗੁੱਡ ਨਿਊਜ਼ ਦਾ ਹਿੱਸਾ ਹੈ। ਅਤੇ ਇਸ ਗਾਣੇ ਦੇ ਵਿੱਚ ਅਸੀਂ ਜਿੱਥੇ ਦਿਲਜੀਤ ਨੂੰ ਦੇਖਿਆ ਉੱਥੇ ਸਾਡੇ ਪੰਜਾਬੀ ਆਰਟਿਸਟ ਵੀ ਸਾਨੂੰ ਨਜ਼ਰ ਆਏ, ਯਾਨੀ ਕਿ ਸੁਖਬੀਰ ਇਸ ਗਾਣੇ ਦੇ ਵਿੱਚ ਨੱਚਦੇ ਹੋਏ ਅਤੇ ਗਾਉਂਦੇ ਹੋਏ। ਸੌਦਾ ਖਰਾ ਖਰਾ ਸੌਂਗ ਦੇ ਵਿੱਚ ਜਿੱਥੇ ਅਸੀਂ ਭੰਗੜਾ ਦਾ ਇੰਜੋਏ ਕਰ ਰਹੇ ਹਾਂ, ਉੱਥੇ ਹੀ ਕਿਆਰਾ ਅਡਵਾਨੀ, ਅਕਸ਼ੇ ਕੁਮਾਰ ਅਤੇ ਦਿਲਜੀਤ ਦੀ ਫੁੱਲ ਔਨ ਐਨਰਜੀ ਡਾਂਸ, ਨਾਲ ਦੇ ਨਾਲ ਇਹਨਾਂ ਤਿੰਨਾਂ ਦੇ ਵਿੱਚ ਦੀ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ ਇਸ ਗਾਣੇ ਦੇ ਵਿੱਚ। ਅਤੇ ਹੁਣ ਮੈਂ ਤੁਹਾਨੂੰ ਦੱਸਦਾ ਕਿ ਜਿੱਥੇ ਦਿਲਜੀਤ ਤਿਆਰ ਨੇ ਆਪਣੇ ਗੁੱਡ ਨਿਊਜ਼ ਫਿਲਮ ਦੀ ਰਿਲੀਜ਼ ਦੇ ਲਈ, ਉੱਥੇ ਉਹ ਤਿਆਰੀ ਕਰ ਰਹੇ ਨੇ ਆਪਣੇ ਅਪਕਮਿੰਗ ਸਿੰਗਲ ਟਰੈਕ ਦੀ, ਜੋ ਕਿ ਹੋਣ ਵਾਲਾ ਭੰਗੜਾ ਬੀਟ ਨੰਬਰ। ਉਹ ਫਿਲਮਾਂ ਦੇ ਵਿੱਚ ਤਾਂ ਆਪਣੇ ਭੰਗੜਾ ਸੌਂਗਸ ਲੈ ਕੇ ਆ ਰਹੇ ਨੇ, ਬਟ ਸਿੰਗਲ ਟਰੈਕ ਕਰਨ ਦੇ ਵਿੱਚ ਵੀ ਉਹ ਕਦੇ ਵੀ ਚੁੱਕਦੇ ਨਹੀਂ। ਸੋ ਜੀ ਉਹਨਾਂ ਦਾ ਅਪਕਮਿੰਗ ਸਿੰਗਲ ਟਰੈਕ ਆਉਣ ਵਾਲਾ, ਜੋ ਕਿ ਪੰਜਾਬੀ ਬੀਟ ਨੰਬਰ ਹੋਣ ਵਾਲਾ ਹੈ, ਅਤੇ ਇਸ ਦੇ ਬਾਰੇ ਉਹਨਾਂ ਨੇ ਦੱਸਿਆ ਆਪਣੇ ਇੰਸਟਾਗ੍ਰਾਮ ਹੈਂਡਲ ਤੇ, ਜਿੱਥੇ ਉਹਨਾਂ ਨੇ ਆਪਣੀ ਕੈਂਟ 'ਚ ਇੱਕ ਫੋਟੋ ਸ਼ੇਅਰ ਕੀਤੀ ਹੈ ਕੋਟ ਪੈਂਟ ਦੇ ਵਿੱਚ। ਅਤੇ ਇਸ ਫੋਟੋ ਨੂੰ ਸ਼ੇਅਰ ਕਰਦੇ ਉਹਨਾਂ ਨੇ ਲਿਖਿਆ, ਖੜ ਜਾ ਰਕਾਨੇ ਤੇਰੇ ਸ਼ੌਂਕੀ ਜੱਟ ਨੂੰ, ਨੀ ਹੱਥ ਮੁੱਛਾਂ ਤੇ ਤਾਂ ਮਾਰ ਲੈਣ ਦੇ, ਕੀਪ ਕਮ ਐਂਡ ਲਿਸਨ ਟੂ ਦਿਲਜੀਤ ਦੁਸਾਂਝ ਟਿਲ ਆਰ ਨੈਕਸਟ ਭੰਗੜਾ ਸੌਂਗ ਰਿਲੀਜ਼ਸ। ਦਿਲਜੀਤ ਦਾ ਲਾਸਟ ਭੰਗੜਾ ਟਰੈਕ ਸੀ ਮੁੱਛ, ਜਿਸ ਦੀ ਲਾਈਨ ਉਹਨਾਂ ਨੇ ਸ਼ੇਅਰ ਤਾਂ ਕੀਤੀ, ਅਤੇ ਨਾਲ ਦੇ ਨਾਲ ਉਹਨਾਂ ਨੇ ਆਪਣੇ ਫੈਨਸ ਨੂੰ ਕਹਿ ਦਿੱਤਾ ਕਿ ਪੁਰਾਣੇ ਗਾਣਿਆਂ ਦਾ ਤਾਂ ਤੁਸੀਂ ਸੁਣੋ ਅਤੇ ਨਾਲ ਹੀ ਤਿਆਰੀ ਕਰ ਲਓ ਉਹਨਾਂ ਦੇ ਅਪਕਮਿੰਗ ਗੀਤ ਦੀ। ਦਿਲਜੀਤ ਦੇ ਪੁਰਾਣੇ ਪੰਜਾਬੀ ਹਿੱਟਸ ਟਰੈਕਸ ਦੀ ਜੇ ਅਸੀਂ ਗੱਲ ਕਰੀਏ ਤਾਂ ਉਹਨਾਂ ਦੇ ਕਈ ਭੰਗੜਾ ਟਰੈਕਸ ਆਏ ਨੇ, ਜਿਵੇਂ ਕਿ ਵੀਰਵਾਰ, ਗੁਲਾਬੀ ਪੱਗ, ਲੈਂਬੜ ਗਿੰਨੀ ਅਤੇ ਪੰਜ ਤਾਰਾ। ਉਹਨਾਂ ਦੇ ਸਾਰੇ ਭੰਗੜਾ ਸੌਂਗਸ ਫੁੱਲ ਔਨ ਐਂਟਰਟੇਨਿੰਗ ਹੁੰਦੇ ਨੇ, ਅਤੇ ਉੱਥੇ ਹੀ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਮੋਸਟ ਆਫ ਦ ਟਾਈਮਸ ਦੇਖਿਆ ਗਿਆ ਕਿ ਦਿਲਜੀਤ ਨੇ ਕੋਲਾਬਰੇਟ ਕੀਤਾ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਦੇ ਨਾਲ, ਜਾਂ ਤਾਂ ਉਹਨਾਂ ਨੇ ਕੋਲਾਬਰੇਟ ਕੀਤਾ ਮਿਊਜ਼ਿਕ ਡਾਇਰੈਕਟਰ ਸਨੈਪੀ ਦੇ ਨਾਲ। ਪਰ ਹੁਣ ਦੇਖਣਾ ਇੰਟਰਸਟਿੰਗ ਇਹ ਹੋਵੇਗਾ ਕਿ ਹੁਣ ਉਹ ਆਪਣਾ ਅਪਕਮਿੰਗ ਸੌਂਗ ਕਿਸ ਦੇ ਨਾਲ ਲੈ ਕੇ ਆ ਰਹੇ ਨੇ, ਕਿਸ ਦੇ ਨਾਲ ਉਹ ਕੋਲਾਬਰੇਟ ਕਰਨ ਜਾ ਰਹੇ ਨੇ। ਇਹ ਤਾਂ ਗੱਲ ਹੋਈ ਉਹਨਾਂ ਦੇ ਅਪਕਮਿੰਗ ਪੰਜਾਬੀ ਸੌਂਗ ਦੀ, ਪਰ ਮੈਂ ਤੁਹਾਨੂੰ ਦੱਸਦਾ ਕਿ ਜਿੱਥੇ ਉਹਨਾਂ ਦੀ ਫਿਲਮ ਗੁੱਡ ਨਿਊਜ਼ ਆਉਣ ਜਾ ਰਹੀ ਹੈ 27 ਦਸੰਬਰ ਨੂੰ, ਉੱਥੇ ਉਹਨਾਂ ਦੀ ਇੱਕ ਪੰਜਾਬੀ ਫਿਲਮ ਵੀ ਸ਼ੂਟ ਹੋ ਰਹੀ ਹੈ, ਜਿਸਦਾ ਫਸਟ ਸ਼ਡਿਊਲ ਰੈਪ ਹੋ ਚੁੱਕਾ ਹੈ। ਜੀ ਹਾਂ, ਮੈਂ ਗੱਲ ਕਰ ਰਹੀ ਹਾਂ ਜੋੜੀ ਫਿਲਮ ਦੀ, ਜਿਸ ਦੇ ਵਿੱਚ ਉਹਨਾਂ ਨੇ ਆਪਣੀ ਜੋੜੀ ਬਣਾਈ ਹੈ ਨਿਮਰਤ ਖਹਿਰਾ ਦੇ ਨਾਲ ਔਨ ਸਕਰੀਨ, ਅਤੇ ਇਸ ਦੀ ਫੋਟੋ ਵੀ ਉਹਨਾਂ ਨੇ ਸ਼ੇਅਰ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਰਿਵੀਲ ਕੀਤਾ ਸੀ ਕਿ ਉਹਨਾਂ ਨੇ ਫਸਟ ਸ਼ਡਿਊਲ ਇਸ ਫਿਲਮ ਦਾ ਰੈਪ ਕਰ ਦਿੱਤਾ ਹੈ। ਸੋ ਜੀ, ਇਹ ਫਿਲਮ ਵੀ ਅਗਲੇ ਸਾਲ ਰਿਲੀਜ਼ ਕਰ ਦਿੱਤੀ ਜਾਵੇਗੀ, ਕੋਈ ਹੋਵੇ ਸਿੰਗਲ ਟਰੈਕ, ਕੋਈ ਹੋਵੇ ਪੰਜਾਬੀ ਫਿਲਮ, ਜਾਂ ਹੋਵੇ ਬਾਲੀਵੁੱਡ ਫਿਲਮ। ਦਿਲਜੀਤ ਹਰ ਚੀਜ਼ ਦੇ ਵਿੱਚ ਆਪਣਾ ਬੈਸਟ ਦਿੰਦੇ ਨੇ, ਅਤੇ ਬੈਸਟ ਪਰਫਾਰਮੈਂਸ ਦੇ ਨਾਲ ਉਹ ਹਰ ਕਿਸੇ ਦੇ ਦਿਲਾਂ ਨੂੰ ਜਿੱਤ ਲੈਂਦੇ ਨੇ। ਸੋ ਜੀ, ਹੁਣ ਤੁਸੀਂ ਮੈਨੂੰ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦਾ ਨੈਕਸਟ ਭੰਗੜਾ ਟਰੈਕ ਕਿਹੋ ਜਿਹਾ ਹੋਣ ਵਾਲਾ ਹੈ, ਐਂਡ ਤੁਹਾਨੂੰ ਕੀ ਲੱਗਦਾ ਕਿ ਉਹ ਕਿਸ ਦੇ ਨਾਲ ਕੋਲਾਬਰੇਟ ਕਰਨਗੇ, ਕਿਹੜੇ ਮਿਊਜ਼ਿਕ ਡਾਇਰੈਕਟਰ ਦੇ ਨਾਲ ਕੋਲਾਬਰੇਟ ਕਰਨਗੇ। ਸੋ ਸਾਨੂੰ ਆਪਣੇ ਗੈਸਸ ਨੀਚੇ ਕਮੈਂਟ ਸੈਕਸ਼ਨ ਦੇ ਵਿੱਚ ਲਿਖ ਕੇ ਜ਼ਰੂਰ ਦੱਸੋ, ਅਤੇ ਇਹੋ ਜਿਹੀ ਹੋਰ ਇੰਟਰਸਟਿੰਗ ਬਾਲੀਵੁੱਡ ਅਤੇ ਬਾਲੀਵੁੱਡ ਰਿਲੇਟਡ ਅਪਡੇਟਸ ਲਈ ਸਾਡੇ ਗੱਭਰੂ ਦੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ, ਅਤੇ ਨੋਟੀਫਿਕੇਸ਼ਨ ਦੇ ਲਈ ਨੀਚੇ ਦਿੱਤੇ ਬੈਲ ਆਈਕਨ ਨੂੰ ਕਲਿੱਕ ਕਰੋ, ਅਤੇ ਨਿਊਜ਼ ਤੁਹਾਨੂੰ ਕਿਹੋ ਜਿਹੀ ਲੱਗੀ ਸਾਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ। ਬਹੁਤ ਇੰਪੋਰਟੈਂਟ ਸੂਚਨਾ, ਬਾਲੀਵੁੱਡ ਅਤੇ ਬਾਲੀਵੁੱਡ ਦੀਆਂ ਲੇਟੈਸਟ ਅਪਡੇਟਸ ਵਾਸਤੇ ਪੰਜਾਬ ਦਾ ਪਹਿਲਾ ਪਾਕਟ ਟੀਵੀ ਤੇ ਗੱਭਰੂ ਲਾਈਵ ਟੀਵੀ ਦੇਖਣ ਵਾਸਤੇ ਇਹ ਹੈ ਗੱਭਰੂ ਦੀ ਮੋਬਾਈਲ ਐਪ, ਹੁਣੇ ਇੰਸਟਾਲ ਕਰੋ ਗੱਭਰੂ ਐਪ, ਕਰ ਲਓ ਡਾਊਨਲੋਡ ਤੇ ਐਂਟਰਟੇਨਮੈਂਟ ਇੰਜੋਏ ਕਰੋ ਲਾਈਵ ਜਿੱਥੇ ਮਰਜ਼ੀ।